ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ 리ਡਰ 6A 2020 ਐਡੀਸ਼ਨ ਲੈਸਨ 19 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਹਿਸਟਰੀ ਦਾ ਲੈਸਨ ਪੜਾਂਗੇ ਕਿ ਅਰੰਧਪੁਰ ਸਾਹਿਬ ਦੀ ਸਥਾਪਨਾ ਕਦੋਂ ਤੇ ਕਿਵੇਂ ਹੋਈ ਇਸ ਤੋਂ ਪਹਿਲੇ ਕਿ ਅਸੀਂ ਐਸੇ ਪੜੀਏ ਕੁਝ ਔਖੇ ਸ਼ਬਦ ਨੇ ਐ ਪੜ ਲੰਨਿਆ ਇਹਨਾਂ ਦੇ ਮਤਲਬ ਸਿੱਖ ਲੰਨਿਆ ਤੇ ਬਾਅਦ ਵਿੱਚ ਤੁਸੀਂ ਜਦੋਂ ਇਹ ਐਸੇ ਪੜੋਗੇ ਤਾਂ ਤੁਸੀਂ ਇਹਨਾਂ ਸ਼ਬਦਾਂ ਨੂੰ ਲੱਭ ਕੇ ਉਹਨਾਂ ਦੇ ਦੁਆਲੇ ਗੋਲ ਚੱਕਰ ਲਾਣਾ ਠੀਕ ਹੈ Bad after Nabad can be written Babinukan also. Kandete on the banks. Vadia grew or increased. Harde going to defeat. Kile forts. Vaddi takat growing power. Gay, got separated. ਘੇਰਾ ਪਾ ਲਿਆ ਸਰਾਉਂਡਡ ਰੋਕ ਲਾ ਦਿੱਤੀ ਪ੍ਰੋਹਿਬਿਟਿਡ ਹਾਰ ਦੇ ਨਜ਼ਰ ਆਏ ਅਪੀਅਰਡ ਡਿਫੀਟਿਡ ਦਰਸਾਇਆ ਸ਼ੋਨ ਜੰਗ ਲੜਾਈ ਵਾਰ ਸੌਂਪ ਦਿੱਤਾ ਡਿਲੀਵਰਡ ਰੋਸ ਹੋਇਆ ਐਂਗਰਡ ਅਨੰਦਪੁਰ ਸਾਹਿਬ ਦੀ ਨੀ ਗੁਰੂ ਤੇਗ ਬਹਾਦਰ ਜੀ ਨੇ 1665 ਵਿੱਚ ਰੱਖੀ ਇੱਥੇ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਖਾਲਸਾ ਦੀ ਸਥਾਪਨਾ ਹੋਈ ਆਨੰਦਪੁਰ ਸਾਹਿਬ ਵਿੱਚ 10 ਗੁਰਦੁਆਰੇ ਹਨ ਅਤੇ 2 ਕਿਲੇ ਹਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਹੀ ਵਿਰਾਸਤੇ ਖਾਲਸਾ ਮਿਊਜ਼ੀਅਮ ਹੈ ਜਿਸ ਵਿੱਚ ਸਿੱਖੀ ਦਾ 500 ਸਾਲਾਂ ਦਾ ਇਤਿਹਾਸ ਦਰਸਾਇਆ ਗਿਆ ਹੈ ਅਨੰਦਪੁਰ ਸਾਹਿਬ ਨਿਹੰਗ ਸਿੰਘਾਂ ਦਾ ਘਰ ਵੀ ਹੈ ਇੱਥੇ ਸਭ ਤੋਂ ਵੱਡਾ ਹੋਲੇ ਮਹੱਲੇ ਦਾ ਮੇਲਾ ਲੱਗਦਾ ਹੈ ਕਹਿੰਦੇ ਹਨ ਕਿ 2 ਮਿਲੀਅਨ ਲੋਕ ਇਸ ਮੇਲੇ ਤੇ ਹਰ ਸਾਲ ਆਉਂਦੇ ਹਨ ਅਨੰਦਪੁਰ ਸਾਹਿਬ ਸਤਲੁਜ ਦਰਿਆ ਦੇ ਕੰਢੇ ਤੇ ਹੈ ਆਈ ਥਿੰਕ ਇਨ ਯਰ ਬੁੱਕ ਯੂ ਆਰ ਮਿਸਿੰਗ ਥਿਸ ਵਰਡ ਪਹਿਲਾਂ ਇਸ ਥਾਂ ਦਾ ਨਾਮ ਮੱਖੋਵਾਲ ਸੀ ਅਨੰਦਪੁਰ ਦਾ ਨਾਮ ਮੱਖੋਵਾਲ ਗੁਰੂ ਤੇਗ ਬਹਾਦਰ ਜੀ ਨੇ ਇਸ ਥਾਂ ਦਾ ਨਾਮ ਚੱਕ ਨਾਨਕੀ ਰੱਖਿਆ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਦੇ ਮਾਤਾ ਜੀ ਸਨ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਤੋਂ ਬਾਅਦ ਮਾਰਚ 3 ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਮਾਰਚ 3 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਥਾਂ ਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹ ਸ਼ਹਿਰ ਬਹੁਤ ਵਧਿਆ ਇਟ ਗਰੋਅ ਬਿਗਰ ਜਦ ਗੁਰੂ ਜੀ ਨੇ 1699 ਦਿਵਸਾਖੀਤੇ ਖਾਲਸੇ ਦੀ ਸਿਰਜਣਾ ਕੀਤੀ ਤਾਂ ਹਜ਼ਾਰਾਂ ਸਿੱਖ ਆਏ ਔਰੰਗਜ਼ੇਬ ਅਤੇ ਹੋਰ ਪਹਾੜੀ ਰਾਜਿਆਂ ਨੂੰ ਸਿੱਖਾਂ ਦੀ ਇਹ ਵਧਦੀ ਗਿਣਤੀ ਅਤੇ ਤਾਕਤ ਚੰਗੀ ਨਾ ਲੱਗੀ ਔਰੰਗਜ਼ੇਬ ਨੇ ਸਿੱਖਾਂ ਤੇ ਅਨੰਦਪੁਰ ਸਾਹਿਬ ਆਉਣ ਦੀ ਰੋਕ ਲਾ ਦਿੱਤੀ ਹੀ ਪ੍ਰੋਹਿਬਿਟਿਡ ਥਮ ਇਸ ਕਾਰਨ ਸਿੱਖਾਂ ਵਿੱਚ ਰੋਸ ਹੋਇਆ ਦੇ ਗਾਟ ਐਂਗਰੀ ਅਨੰਦਪੁਰ ਸਾਹਿਬ ਵਿੱਚ ਦੋ ਵੱਡੀਆਂ ਲੜਾਈਆਂ ਹੋਈਆਂ ਇਨ੍ਹਾਂ ਲੜਾਈਆਂ ਵਿੱਚ ਹੀ ਭਾਈ ਕਨਈਆ ਜੀ ਨੇ ਸਿੱਖ ਸਪਾਹੀਆਂ ਦੇ ਨਾਲ-ਨਾਲ ਸਿੱਖਾਂ ਦੇ ਦੁਸ਼ਮਣ ਮੁਗਲ ਸਿਪਾਹੀਆਂ ਨੂੰ ਵੀ ਪਾਣੀ ਪਿਆਇਆ ਕਿਉਂਕਿ ਉਹਨਾਂ ਨੂੰ ਸਭ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਹੀ ਦਿਸਦੇ ਸਨ ਸਤਾਰਾ ਸਵ ਵਿੱਚ ਔਰੰਗਜ਼ੇਬ ਨੇ ਪੈਂਦੇਖਾਨ ਅਤੇ ਦੀਨਾ ਬੇਗ ਨੂੰ 10000 ਸਿਪਾਹੀ ਦੇ ਕੇ ਆਨੰਦਪੁਰ ਸਾਹਿਬ ਪੇਜਿਆ ਪੈਂਦੇਖਾਨ ਲੜਾਈ ਵਿੱਚ ਮਾਰਿਆ ਗਿਆ ਆਈ ਥਿੰਕ देयर इज ਅ ਸਪੈਲਿੰਗ ਮਿਸਟੇਕ ਇਟ ਸੇਜ਼ ਗਏ ਹਿਅਰ ਇਟ ਸ਼ੁੱਡ ਸੇ ਗਿਆ ਅਤੇ ਉਸ ਦੀ ਫੌਜ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਈ 1704 ਵਿੱਚ ਸੈਦ ਖਾਨ ਅਤੇ ਰਮਜ਼ਾਨ ਖਾਨ ਮੁਗਲ ਫੌਜਾਂ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਜਦ ਉਹ ਹਾਰ ਦੇ ਨਜ਼ਰ ਆਏ ਤਾਂ ਔਰੰਗਜ਼ੇਬ ਨੇ ਵਜ਼ੀਰ ਖਾਨ ਅਤੇ ਜ਼ਬਰਦਸਤ ਖਾਨ ਨੂੰ ਮਈ 1604 ਵਿੱਚ ਬਹੁਤ ਵੱਡੀ ਫੌਜ ਦੇ ਕੇ ਭੇਜਿਆ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਨਾ ਕੋਈ ਅੰਦਰ ਆ ਸਕਦਾ ਜਾ ਸਕਦਾ ਨਾ ਕੋਈ ਬਾਹਰ ਆ ਸਕਦਾ ਐਂਡ that was very difficult time for all the sikhs and gurgobind singh ji was trapped uh, with his family over there too. So this essay is a little bit hard to read. Then so panti shabd ne ayde vich. ਤੇ ਤੁਸੀਂ ਇਹਨੂੰ ਇੱਕ ਦੋ ਵਾਰੀ ਪੜ੍ਹਨਾ ਤਾਂ ਕਿ ਤੁਹਾਨੂੰ ਯਾਦ ਹੋ ਜਾਏ ਇਹਦੇ ਚੋਂ ਸਾਰੇ ਵੋਕੈਬਲਰੀ ਸ਼ਬਦ ਪੜ੍ਹਨਾ ਤੇ ਸਰਕਲ ਕਰਨਾ ਤਾਂ ਕਿ ਤੁਹਾਨੂੰ ਸਭ ਸ਼ਬਦਾਂ ਦੀ ਵੀ ਪਛਾਣ ਹੋ ਜਾਏ ਠੀਕ ਹੈ ਤੇ ਉਹਨਾਂ ਦਾ मीनिंग ਤੁਹਾਨੂੰ ਯਾਦ ਹੋ ਜਾਏ ਤੇ ਤੁਸੀਂ ਕਲਾਸ ਦੇ ਵਿੱਚ ਵੀ ਕਰ ਸਕਦੇ ਹੋ ਜਾਂ ਘਰ ਦੇ ਵਿੱਚ ਕਰ ਸਕਦੇ ਹੋ ਇਹਨਾਂ ਪ੍ਰਸ਼ਨਾਂ ਦੇ ਠੀਕ ਉੱਤਰ ਤੁਸੀਂ ਪੂਰੇ ਵਾਕਾਂ ਦੇ ਵਿੱਚ ਲਿਖੋਗੇ ਮੰਗਲਵਾਰ ਤੁਸੀਂ ਇਹਨਾਂ ਸ਼ਬਦਾਂ ਨੂੰ ਉਹਨਾਂ ਦੇ मीनिंग ਨਾਲ ਜੋੜੋਗੇ ਫਿਰ ਤੁਸੀਂ ਦੋ ਵਾਰੀ ਹਰ ਸ਼ਬਦ ਨੂੰ ਕਾਪੀ ਕਰੋਗੇ ਤੇ ਬੁੱਧਵਾਰ ਤੇ ਵੀਰਵਾਰ ਤੁਸੀਂ ਕਰ ਸਕਦੇ ਹੋ ਕੰਮ ਇਹਨਾਂ ਵਿੱਚੋਂ ਕੋਈ 10 ਸ਼ਬਦ ਸੋਹਣੀ ਲਿਖਤ ਵਿੱਚ ਲਿਖੋਗੇ ਕੋਈ ਵੀ दस फैक्ट्स ਇਹਦੇ ਵਿੱਚ ਤੁਸੀਂ ਦੇਖੋਗੇ ਕਿੰਨੇ ਮਿੰਟ ਲੱਗੇ ਤੇ ਜੇਕਰ ਤੁਸੀਂ ਦੋ ਦਿਨ ਵਿੱਚ ਇਹ ਕੰਮ ਕਰਦੇ ਫਿਰ ਤੁਸੀਂ ਸ਼ੁੱਕਰਵਾਰ ਨੂੰ ਇਹ ਕਰ ਲੈਣਾ ਕਿ ਐਸੇ ਪੜ੍ਹਨਾ ਹੈ ਤੁਸੀਂ ਜਾਂ ਤੁਸੀਂ ਬੁੱਧਵਾਰ ਦਿਖ ਲੈਣਾ ਤੇ ਵੀਰਵਾਰ ਤੁਸੀਂ ਪੜ੍ਹ ਲੈਣਾ ਦੈਨ ਫਰਾਈਡੇ ਯੂ ਕੈਨ ਟੇਕ ਆਫ ਠੀਕ ਹੈ ਸੋ ਇਦਰ ਵੇ ਡੂ 올 ਥੀਸ ਅਸਾਈਨਮੈਂਟਸ ਐਂਡ ਦੈਨ ਦਿਸ ਵਿਲ ਗਿਵ ਯੂ ਮੋਰ ਪ੍ਰੈਕਟਿਸ ਇਨ ਰੀਡਿੰਗ ਐਂਡ ਰਾਈਟਿੰਗ ਪੰਜਾਬੀ ਐਂਡ ਹੋਪਫੁਲੀ ਯੂ ਵਿਲ ਰਿਮੈਂਬਰ The essay on Anandpur Sahib. And I will see you in the next lesson. Until then, Bhai ka Khalsa, Bhai ki fateh.